ਸਰੋਲੇ ਸਾਰੇ ਹੀ ਸਤਕਾਰਯੋਗ ਕਿਸਾਨ ਭਰਾਵਾਂ ਅਤੇ ਸਮੂਹ ਲੋਕਾਂ ਨੂੰ ਪੂਰ ਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ 26 ਜਨਵਰੀ ਅਤੇ 29 ਜਨਵਰੀ ਦੇ ਘਟਨਾਵਾਂ ਦੇ ਵਿੱਚ ਜਿਨ੍ਹਾਂ ਦੇ ਨੌਜਵਾਨ ਕਿਸਾਨ ਅਜੇ ਲਾਪਤਾ ਹਨ ਜਾਂ ਜੇਲ੍ਹਾਂ ਦੇ ਵਿੱਚ ਹਨ ਉਹਨਾਂ ਦੀ ਜਾਣਕਾਰੀ ਸਯੁਕਤ ਕਿਸਾਨ ਮੋਰਚਾ ਵੱਲੋਂ ਬਣਾਈ ਗਈ ਲੀਗਲ ਕਮੇਟੀ ਜਿਸ ਦਾ ਮੈਂ ਪ੍ਰੇਮ ਸਿੰਘ ਭੰਗੂ ਕਨਵੀਨਰ ਹਾਂ ਇੱਕ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਨੰਬਰ ਪਹਿਲਾਂ ਹੀ ਦੇ ਦਿੱਤੇ ਗਏ ਹਨ ਉਹਨਾਂ ਨੂੰ ਫੌਰੀ ਜਾਣਕਾਰੀ ਦਿੱਤੀ ਜਾਵੇ ਦੂਸਰੀ ਬੇਨਤੀ ਇਹ ਹੈ ਕਿ ਇਸ ਦੀ ਪੈਰਵਾਹੀ ਕਰਨ ਦੇ ਲਈ ਸੇਵਕਤ ਕਿਸਾਨ ਮੋਰਚਾ ਦੀ ਲੀਗਲ ਕਮੇਟੀ ਨੇ ਕੱਲ ਦਿੱਲੀ ਜਾ ਕੇ ਜਿੱਥੇ ਰਕਾਗੰਜ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਹੀ 100 ਤੋਂ 150 ਤੱਕ ਵਕੀਲ ਸਹਿਬਾਨ ਇਨ੍ਹਾਂ ਕਿਸਾਨਾਂ ਦੇ ਆਪਣੇ ਤੌਰ ਤੇ ਬਿਨਾਂ ਕਿਸੇ ਲੋਭ ਲਾਲਚ ਤੋਂ ਬਿਨਾਂ ਫੀਸ ਤੋਂ ਪੈਰਵਾਈ ਕਰ ਰਹੇ ਸਨ ਉਹਨਾਂ ਦੇ 11 ਮੈਂਬਰੀ ਇੱਕ ਪੈਨਲ ਬਣਾਇਆ ਹੈ ਜਿਹੜਾ ਸਯੁਕਤ ਕਿਸਾਨ ਮੋਰਚੇ ਨਾਲ ਕੋਆਪਰੇਟ ਕਰੇਗਾ ਅਤੇ ਸਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਅਨੁਸਾਰ ਕੰਮ ਕਰੇਗਾ ਉਹਨਾਂ ਦੇ ਵਿੱਚੋਂ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਸਰਦਾਰ ਵੀਰ ਸਿੰਘ ਸੰਧੂ ਐਡਵੋਕੇਟ ਉਹ ਕਰ ਰਹੇ ਹਨ ਉਹਨਾਂ ਦਾ ਟੈਲੀਫੋਨ ਨੰਬਰ ਤੁਸੀਂ ਨੋਟ ਕਰ ਲਓ 8447466012 ਇਹਨਾਂ ਦੇ ਨਾਲ ਉਹਨਾਂ ਦੇ ਸੱਤ ਹੋਰ ਸਹਿੂਗੀ ਸਾਥੀ ਹਨ ਇਹ ਕੋਰ ਕਮੇਟੀ ਨੇ ਪਹਿਲਾਂ ਹੀ ਆਪਣਾ ਕੰਮ ਕਰ ਸ਼ੁਰੂ ਕਰ ਦਿੱਤਾ ਸੀ ਅਤੇ ਕੱਲ ਤੋਂ ਵਾਕੈਦਾ ਜਿਹੜੇ ਜੇਲ੍ਹਾਂ ਦੇ ਵਿੱਚ ਨੌਜਵਾਨ ਬੰਦ ਹਨ ਉਹਨਾਂ ਦੀ ਜਮਾਨਤਾਂ ਦੀ ਪੈਰਵਾਹੀ ਕਰਨੇ ਅਤੇ ਜਿਹੜੇ ਲਾਪਤਾ ਨੌਜਵਾਨ ਹਨ ਉਹਨਾਂ ਦਾ ਪਤਾ ਲਾਉਣਾ ਜਿੱਥੇ ਸੰਯੁਕਤ ਕਿਸਾਨ ਮੋਰਚਾ ਦੀ ਲੀਗਲ ਟੀਮ ਇਸ ਕੰਮ ਲਈ ਯਤਨਸ਼ੀਲ ਹੈ ਉੱਥੇ ਦਿੱਲੀ ਵਿਖੇ ਬਣਾਈ ਗਈ ਕੋਰ ਕਮੇਟੀ ਵੀ ਸਾਡੇ ਨਾਲ ਸਹਿਯੋਗ ਕਰਕੇ ਇਸ ਕੰਮ ਲਈ ਬਹੁਤ ਉਦਮ ਕਰ ਰਹੀ ਹੈ ਦੂਸਰੀ ਅਪੀਲ ਮੈਂ ਇਹ ਕਰਨਾ ਚਾਹੁੰਦਾ ਹਾਂ ਦੇ 26 ਤੇ 29 ਦੀਆਂ ਘਟਨਾਵਾਂ ਤੋਂ ਬਾਅਦ ਜਿਨ੍ਹਾਂ ਦੇ ਵੀ ਨੌਜਵਾਨ ਲਾਪਤਾ ਹੋਏ ਸਨ ਕਿਉਂਕਿ ਕੁਝ ਨੌਜਵਾਨ ਪਛੜ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ ਕਿਰਪਾ ਕਰਕੇ ਜਿਨ੍ਹਾਂ ਦੇ ਨੌਜਵਾਨ ਵਾਪਸ ਆ ਗਏ ਉਹ ਵੀ ਸਾਨੂੰ ਜਾਣਕਾਰੀ ਦੇ ਦਿਓ ਦੂਜੀ ਲਾਪਤਾ ਨੌਜਵਾਨਾਂ ਲਈ ਵਿਸ਼ੇਸ਼ ਅਸੀਂ ਸੂਕਤ ਕਿਸਾਨ ਮੋਰਚੇ ਵੱਲੋਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਕਿਸਮ ਦੇ ਪੁਲਿਸ ਦਾ ਡਰ ਜਾਂ ਸਹਿਮ ਵੱਜੋ ਜੇ ਕਿਤੇ ਵੀ ਲਾਪਤਾ ਹੋ ਛੁਪੇ ਹੋਏ ਹੋ ਤਾਂ ਬਿਨਾ ਕਿਸੇ ਖੋਫ ਤੋਂ ਮੈਨੂੰ ਪ੍ਰੇਮ ਸਿੰਘ ਪੰਗੂ ਨੂੰ ਜਾਂ ਸਾਡੇ ਦੂਜੇ ਲੀਗਲ ਟੀਮ ਦੇ ਸਾਥੀਆਂ ਨੂੰ ਫੌਰੀ ਜਾਣਕਾਰੀ ਦਿਓ ਫੋਨ ਕਰਕੇ ਕੰਟੈਕਟ ਕਰੋ ਅਸੀਂ ਹਰ ਹੱਲ ਦੇ ਵਿੱਚ ਤੁਹਾਨੂੰ ਬਣਦੀ ਕਾਨੂੰਨੀ ਸਹਾਇਤਾ ਪ੍ਰਵਾਨ ਪ੍ਰਦਾਨ ਕਰਾਂਗੇ ਅਤੇ ਹਰ ਸੰਭਵ ਸਹਾਇਤਾ ਕਰਾਂਗੇ ਇਸ ਲਈ ਡਰਨ ਦੀ ਕੋਈ ਲੋੜ ਨਹੀਂ ਹੈ ਸੋ ਸਾਰੇ ਕਿਸਾਨ ਭਰਾ ਸਮੂਹ ਲੋਕ ਪੰਜਾਬ ਚੋਂ ਹਰਿਆਣਾ ਚੋਂ ਯੂਪੀ ਚੋਂ ਰਾਜਸਥਾਨ ਚੋਂ ਜਿਨ੍ਹਾਂ ਦੇ ਬੱਚੇ ਇਹਨਾਂ ਘਟਰਾਵਾਂ ਦੇ ਵਿੱਚ ਲਾਪਤਾ ਹਨ ਉਹਨਾਂ ਸਾਰਿਆਂ ਨੂੰ ਦੁਬਾਰਾ ਪੁਰਜ਼ੋਰ ਬੇਨਤੀ ਹੈ ਕਿ ਬਿਨਾਂ ਦੇਰੀ ਇਸ ਸਯੁਕਤ ਕਿਸਾਨ ਮੋਰਚੇ ਦੀ ਲੀਗਲ ਟੀਮ ਨੂੰ ਔਰ ਦਿੱਲੀ ਵਿਖੇ ਕੰਮ ਕਰ ਰਹੇ ਸਾਡੇ ਵਕੀਲ ਸਹਿਬਾਨਾਂ ਨੂੰ ਆਪਣੀ ਜਾਣਕਾਰੀ ਤੁਰੰਤ ਦਿਓ ਤਾਂ ਕਿ ਉਹਨਾਂ ਨੌਜਵਾਨਾਂ ਦਾ ਫੌਰੀ ਪਤਾ ਲਗਾਇਆ ਜਾ ਸਕੇ ਅਤੇ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਕਾਨੂੰਨੀ ਸਹਾਇਤਾ ਦੇ ਕੇ ਜ਼ਮਾਨਤਾਂ ਦੇ ਬਾਹਰ ਕਢਾਇਆ ਜਾ ਸਕੇ ਦੂਜੀ ਬੇਨਤੀ ਇਹ ਹੈ ਕਿ ਜਿਹੜੇ ਪੇਰੈਂਟਸ ਆ ਮਾਤਾ ਪਿਤਾ ਆਪਣੇ ਬੱਚਿਆਂ ਦੀ ਮੁਲਾਕਾਤਾਂ ਕਰਨਾ ਚਾਹੁੰਦੇ ਹਨ ਉਹਦੇ ਲਈ ਵੀ ਉੱਥੇ ਅਰੇਂਜਮੈਂਟ ਕੀਤਾ ਹੋਇਆ ਹੈ ਭਾਵੇਂ ਮੁਲਾਕਾਤ ਸਿੱਧੀ ਤਾਂ ਨਹੀਂ ਹੋ ਸਕਦੀ ਪਰ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜਾ ਜੇਲ੍ਹ ਦੇ ਅੱਗੇ ਸਿਸਟਮ ਹੈ ਤੁਸੀਂ ਸਾਨੂੰ ਪਹੁੰਚ ਕਰੋ ਤੁਹਾਡੇ ਬੱਚਿਆਂ ਨਾਲ ਗੱਲਬਾਤ ਟੈਲੀਫੋਨ ਤੇ ਕਰਵਾਈ ਜਾਊਗੀ ਤੁਸੀਂ ਕੋ ਕੱਪੜੇ ਉਹਨਾਂ ਨੂੰ ਦੇਣੇ ਹਨ ਉਹਨਾਂ ਨੂੰ ਕੱਪੜੇ ਮਿਲਣਗੇ ਤੁਸੀਂ ਉਹਨਾਂ ਨੂੰ ਪੈਸਾ ਦੇਣਾ ਹੈ ਉਹਨਾਂ ਨੂੰ ਪੈਸਾ ਵੀ ਪਹਚਾਵਾਗੇ ਤੁਸੀਂ ਸਾਡੇ ਨਾਲ ਸੂਕਤ ਕਿਸਾਨ ਮੋਰਚਾ ਇਹਨਾਂ ਟੈਲੀਫੋਨ ਨੰਬਰਾਂ ਦੇ ਉੱਪਰ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ ਔਰ ਆਪਣੇ ਬੱਚਾ ਨਾਲ ਆਪਣੇ ਨੌਜਵਾਨਾਂ ਨਾਲ ਟੈਲੀਫੋਨ ਤੇ ਮਿਲਣੀ ਕਰ ਸਕਦੇ ਹੋ ਉਹਨਾਂ ਨੂੰ ਸਮਾਨ ਭੇਜ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ